देखो इस तरह मैं तीन दिन तुम मनोगे नी ਸ਼ਰਨਜੀਤ ਕੌਰ ਹਾਂਜੀ ਕੀ ਗੱਲ ਹੋਈ ਸਾਰੀ ਜਿਹੜਾ ਤਾਂ ਕੱਪੜ ਸਭ ਗੁੰਮਿਆ ਇਹ ਕਿੰਨੀ ਤਰੀਕ ਨੂੰ ਸੁਣਿਆ ਹੈ ਤੇ ਕਿੱਥੋਂ ਦੀ ਕਿੱਥੇ ਗਈ ਯਾਰ ਮੈਂ ਮਤਲਬ ਕਿ ਜਲੰਧਰ ਗਈ ਸੀ ਜਲੰਧਰ ਚਰਚ ਤੋਂ ਵਾਪਸ ਆ ਰਹੇ ਸੀ ਅਸੀਂ ਤੇ ਫਿਰ ਸਾਡੀ ਬੱਸ ਇੱਥੋਂ ਅਸੀਂ ਰਹੀ ਹੈ ਰਾਜਸਥਾਨ ਦੀ ਰਾਜਸਥਾਨ ਤੋਂ ਅਸੀਂ ਤਰਨ ਤਾਰਨ ਉਤਰਨਾ ਸੀਗਾ ਉੱਥੇ ਗੋਂਦਵਾਲ ਬਾਈਪਾਸ 'ਤੇ ਅਤੇ ਪਰਸ ਮੇਰਾ ਪਤਾ ਨਹੀਂ ਮੈਨੂੰ ਪਤਾ ਨਹੀਂ ਲੱਗਿਆ ਬੱਸ ਦੇ ਵਿੱਚ ਡਿੱਗ ਗਿਆ ਜਦੋਂ ਫਿਰ ਮੈਂ ਅਗਲੇ ਡੇ ਜਾ ਕੇ ਚੈੱਕ ਕੀਤਾ ਪਰਸ ਉਸੇ ਨਾਈਟ ਨੂੰ ਜਾ ਕੇ ਮੈਂ ਆਪਣਾ ਪਰਸ ਵੀ ਨਹੀਂ ਚੈੱਕ ਕੀਤਾ ਹੈਗਾ ਸੁਬਾਹ ਵੇਖਿਆ ਮੇਰਾ ਪਰਸ ਨਹੀਂ ਹੈਗਾ ਫਿਰ ਉਸ ਟਾਈਮ ਮਤਲਬ ਕਿ ਮੈਂ ਇੰਨਾ ਜ਼ਿਆਦਾ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੇਰੇ ਪਰੂਫ ਵਿੱਚ ਸਭ ਕੁਛ ਪਰ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰ ਕਰਦੀ ਹਾਂ ਧੰਨਵਾਦ ਕਰਦੀ ਹਾਂ ਕਿ ਮੇਰੇ ਪਰੂਫ ਮੈਨੂੰ ਮਿਲੇ ਆ ਤੇ ਤੁਸੀਂ ਕੋਈ ਕੰਪਲੇਂਟ ਕੀਤੀ ਸੀ ਕੋਈ ਆਪਣਾ ਜਿੱਥੇ ਤੁਹਾਨੂੰ ਪਤਾ ਲੱਗਾ ਹੋਵੇ ਮੈਂ ਨਹੀਂ ਮੈਂ ਕਿਸੇ ਨੂੰ ਕੰਪਲੇਂਟ ਨਹੀਂ ਕੀਤੀ ਕੀ ਸੀ ਪਰਸ ਤੁਹਾਡੇ ਕਿ ਪਰਸ ਦੇ ਵਿੱਚ ਮੇਰੇ ਹੈਗੇ ਸੀ ਕੰਟੀਨ ਕਾਰਡ ਸੀਗੇ ਦੋ ਆਧਾਰ ਕਾਰਡ ਮੇਰਾ ਮੇਰੇ ਬੱਚਿਆਂ ਦਾ ਸੀ ਇਹ ਇੱਕ ਸੀਗਾ ਉਹ ਪੈਨ ਕਾਰਡ ਸੀਗਾ ਹਾਂਜੀ ਪੈਸੇ ਸੀ ਮਤਲਬ ਕਿ 4,500 ਰੁਪਇਆ ਸੀ ਮੇਰਾ ਨਹੀਂ ਸੋਨਾ ਸੀ ਹਾਂਜੀ ਕੀ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਜਿਹੜੇ ਕਿ ਚੋਰੀਆਂ ਕਰਦੇ ਜਾਂ ਕਿਸੇ ਨੂੰ ਲੱਭਦਾ ਤੇ ਉਹ ਦਿੰਦੇ ਨਹੀਂ ਕੀ ਉਹਨਾਂ ਨੂੰ ਮੈਸੇਜ ਦੇਣਾ ਹਾਂਜੀ ਮੈਂ ਉਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਮਤਲਬ ਕਿ ਇਹ ਬਹੁਤ ਵਧੀਆ ਨੇ ਬੱਸ ਵਾਲੇ ਜਿਨ੍ਹਾਂ ਨੇ ਮੈਨੂੰ ਹਾਂਜੀ ਰਾਜਸਥਾਨ ਨੇ ਅਤੇ ਮੈਂ ਮਤਲਬ ਕਿ ਅੱਜ ਤੱਕ ਵੇਖਿਆ ਕਿਸੇ ਨੂੰ ਵੀ ਕੋਈ ਵੀ ਚੀਜ਼ ਮਿਲਦੀ ਹੈ ਕੋਈ ਵਾਪਸ ਨਹੀਂ ਕਰਦਾ ਹੈਗਾ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਹੀ ਹੈ ਹੈ ਨਾ ਕੋਈ ਵੀ ਕੋਈ ਕਿਸੇ ਨੂੰ ਚੀਜ਼ ਮਿਲ ਜੇ ਵਾਪਸ ਨਹੀਂ ਕਰਦਾ ਪਰ ਮੈਂ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਕਿ ਮੈਨੂੰ ਮੇਰੇ ਉਹਨਾਂ ਨੇ ਪ੍ਰੂਫ ਦਿੱਤੇ ਆ ਸਭ ਕੁਛ ਮੇਰਾ ਪੂਰਾ ਸਭ ਕੁਛ ਸਮਾਨ ਮੇਰਾ ਪੂਰਾ ਹੀ ਹੈ ਪਰਸ ਦੇ ਵਿੱਚ ਜੋ ਵੀ ਕੁਛ ਹੈਗਾ ਸੀ ਸਭ ਕੁਛ ਪੂਰਾ ਮਨਵਾਦ ਕਰਦੀ ਹਾਂ ਉਹਨਾਂ ਦਾ ਕਰਨੀ ਸਿੰਘ ਕਰਨੀ ਸਿੰਘ ਜੀ ਤੁਹਾਨੂੰ ਕਿੱਥੋਂ ਪਰਸ ਲੱਭਿਆ ਸੀ ਅਤੇ ਕਿੰਨੀ ਤਰੀਕ ਨੂੰ ਲੱਭਿਆ ਸੀ ਹਾਂ ਇਹ ਅੱਜ ਤੋਂ 4 ਦਿਨ ਪਹਿਲਾਂ ਰਾਤ ਨੂੰ 10 ਵਜੇ ਚੱਲ ਕੇ ਗਏ ਅੰਮ੍ਰਿਤਸਰ ਰਾਜਸਥਾਨ ਰੋਡਵੇਜ਼ ਦੀ ਬੱਸ ਹੈ ਸ਼੍ਰੀ ਗੰਗਾਨਾ ਡਿਪੋ ਅਤੇ ਰਾਤ ਨੂੰ ਇਹ ਸਵਾਰੀਆਂ ਸਾਡੇ ਨਾਲ ਚੜ੍ਹੀਆਂ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਸਤੇ ਅਤੇ ਇਹਨਾਂ ਦਾ ਪਰਸ ਕਿਤੇ ਡਿੱਗ ਪਿਆ ਅਤੇ ਇਹ ਉੱਤਰ ਗਏ ਉਸ ਤੋਂ ਬਾਅਦ ਸੀਟ ਥੱਲੇ ਸਾਨੂੰ ਮਿਲਿਆ ਅਤੇ ਉਸ ਤੋਂ ਬਾਅਦ ਅਸੀਂ ਪਰਸ ਨੂੰ ਸੰਭਾਲ ਲਿਆ ਪਰਸ ਦੇ ਵਿੱਚੋਂ ਇਹਨਾਂ ਦਾ ਜੋ ਵੀ ਸਾਨੂੰ ਆਈ ਡੀ ਪਰੂਫ ਜਿੱਦਾਂ ਵੀ ਪੈਸਾ ਜੋ ਕੁਛ ਵੀ ਸੀ ਉਹਨਾਂ ਨੂੰ ਸੇਫ ਰੱਖ ਲਿਆ ਅਤੇ ਜਿਸ ਤਰ੍ਹਾਂ ਵੀ ਪੋਸੀਬਲ ਹੋਇਆ ਇਹਨਾਂ ਤੱਕ ਮੈਸੇਜ ਕਰਤਾ ਵੀ ਤੁਹਾਡਾ ਪਰਸ ਸੇਫ ਹੈ ਸੁਰੱਖਿਅਤ ਹੈ ਅਤੇ ਅਗਲੇ ਟਰਨ 'ਚ ਜਦੋਂ ਅਸੀਂ ਆਵਾਂਗੇ ਤਾਂ ਤੁਹਾਨੂੰ ਅਸੀਂ ਤੁਹਾਡਾ ਪਰਸ ਸਪੁਰਦ ਕਰ ਦਿਆਂਗੇ ਤੁਸੀਂ ਕਨੈਕਟਡ ਹੋ ਜਾਂ ਪਰਿਚਾਲਕ ਹੈ ਰਾਜਸਥਾਨ ਰੋਡਵੇਜ਼ ਸ਼੍ਰੀ ਗੰਗਾਨਾ ਡਿਪੋ ਤੁਸੀਂ ਅੱਜ ਆਏ ਹੋ ਵਾਪਸ ਹਾਂ 4 ਦਿਨਾਂ ਬਾਅਦ ਸਾਡੀ ਟਰਨ ਪੈਂਦੀ ਹੈ ਚੌਥੇ ਦਿਨ ਬਾਅਦ ਅੱਜ ਵਾਪਸ ਆਏ ਹਾਂ ਜੀ ਇਹਨਾਂ ਨੂੰ ਬੁਲਾ ਕੇ ਕਿੱਦਾਂ ਕਨੈਕਟ ਕੀਤਾ ਫਿਰ ਤੁਸੀਂ ਮਤਲਬ ਇਹਨਾਂ ਦੇ ਪਰਸ 'ਚ ਇੱਕ ਗੋਲਡ ਪਰਚੇਜ ਦਾ ਬਿੱਲ ਸੀਗਾ ਉਸ ਮਤਲਬ ਗੋਲਡ ਸ਼ੋਪ ਦਾ ਨੰਬਰ ਸੀਗਾ ਉਹਨਾਂ ਨੂੰ ਅਸੀਂ ਬਿੱਲ ਵਟਸਐਪ ਕੀਤਾ ਵੀ ਆਹ ਤੁਹਾਡੇ ਕੋਈ ਕਸਟਮਰ ਹੈ ਅਤੇ ਉਹਨਾਂ ਦਾ ਪਰਸ ਸਾਡੀ ਬੱਸ 'ਚ ਰਹਿ ਗਿਆ ਸੀਗਾ ਅਤੇ ਉਹਨਾਂ ਨੇ ਜਿਹੜਾ ਗੋਲਡ ਵਾਲੇ ਦੁਕਾਨ ਵਾਲਾ ਸੀ ਉਹਨੇ ਫਿਰ ਇਹਨਾਂ ਨੂੰ ਕੰਟੈਕਟ ਕੀਤਾ ਵੀ ਤੁਹਾਡਾ ਪਰਸ ਜਿਹੜਾ ਡਿੱਗ ਪਿਆ ਉਹ ਰੋਡਵੇਜ਼ ਵਾਲੇ ਕੰਡਕਟਰ ਕੋਲ ਹੈ ਤਾਂ ਤੁਸੀਂ ਆਪਦਾ ਸੰਭਾਲ ਕੇ ਲੈ ਕੇ ਬਸ ਦੁਖੀ ਭੈਣ ਭਰਾਵਾਂ ਦੇ ਮਸੀਹਾ ਪੰਜਾਬ ਦੇ ਮਸ਼ਹੂਰ ਜੋਤਿਸ਼ 50 ਸਾਲਾਂ ਦਾ ਮਹਾਨ ਤਜਰਬਾ ਸਵਾਮੀ ਸ਼ੁਕਰਾਚਾਰੀਆ ਮਾਂ ਕਾਲੀ ਉਪਾਸਕ ਤਾਂਤਰਿਕ ਵਿਧੀ ਨਾਲ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਪ੍ਰੇਮ ਵਿਆਹ 'ਚ ਰੁਕਾਵਟ ਸੌਧਨ ਦੁਸ਼ਮਣ ਦਾ ਖਾਤਮਾ ਵਿਦੇਸ਼ 'ਚ ਪੱਕਾ ਹੋਣਾ ਕੀਤਾ ਕਰਾਇਆ ਗੁਪਤ ਵਸ਼ੀਕਰਨ ਕਰਾਓ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬੱਸ 'ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 98 729 0 14 31